ਬੇਅਦਬੀ ਮਾਮਲੇ 'ਚ ਬਾਦਲ ਪਰਿਵਾਰ ਨੂੰ ਦੋਸ਼ੀ ਮੰਨੇ ਜਾਣ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਬਾਦਲ ਪਰਿਵਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਨੇ। ਇਹਨਾਂ ਨੂੰ ਗਦਾਰ ਤੱਕ ਵੀ ਕਿਹਾ ਗਿਆ। ਪਰ ਉਧਰ ਅਕਾਲੀ ਦਲ ਦੀ ਅਬੋਹਰ ਰੈਲੀ ਦੌਰਾਨ ਬਲਵਿੰਦਰ ਸਿੰਘ ਭੁੰਦੜ ਨੇ ਆਪਣੇ ਭਾਸ਼ਣ ਦੌਰਾਨ ਜੋਸ਼ ਵਿੱਚ ਹੋਸ਼ ਗਵਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਦੇ ਨਾਲ ਸੰਬੋਧਿਤ ਕਰਕੇ ਆਪਣੇ ਪੈਰ 'ਤੇ ਆਪ ਕੁਹਾੜੀ ਮਾਰਨ ਵਾਲਾ ਕੰਮ ਕਰ ਲਿਆ, ਜਿਸ ਤੋਂ ਬਾਅਦ ਹੁਣ ਭੁੰਦੜ ਬੁਰੀ ਤਰ੍ਹਾਂ ਫਸ ਚੁੱਕੇ ਨੇ। ਬੇਸ਼ੱਕ ਉਹਨਾਂ ਨੇ ਆਪਣੀ ਗਲਤੀ ਮੰਨ ਕੇ ਮੁਆਫ਼ੀ ਮੰਗ ਲਈ ਹੈ, ਪਰ ਇੰਨੀ ਜਲਦੀ ਉਹਨਾਂ ਦਾ ਪਿੱਛਾ ਛੁੱਟਣ ਵਾਲਾ ਨਹੀਂ ਹੈ। ਇਸ ਦੇ ਚੱਲਦੇ ਪੰਥਕ ਆਗੂ ਗੁਰਸੇਵਕ ਸਿੰਘ ਹਰਪਾਲਪੁਰ ਨੇ ਭੁੰਦੜ ਖਿਲਾਫ਼ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕਰਵਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਹੀ ਪਟਿਆਲਾ ਯੂਨਾਈਟਡ ਸਿੱਖ ਪਾਰਟੀ ਨੇ ਵੀ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਲਈ SSP ਨੂੰ ਮੰਗ ਪੱਤਰ ਸੌਂਪਿਆ ਹੈ। ਇੱਥੇ ਹਿੰਦੁਸਤਾਨ ਦੇ ਦਿਲਾਂ ਦੀ ਧੜਕਣ ਬਾਦਸ਼ਾਹ ਦਰਵੇਸ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਮੋਹਾਲੀ ਜ਼ਿਲ੍ਹੇ ਦੇ ਥਾਣਾ ਸੋਹਾਣਾ ਵਿੱਚ ਦਿੱਤੀ ਸ਼ਿਕਾਇਤ ਵਿੱਚ ਹਰਪਾਲਪੁਰ ਨੇ ਕਿਹਾ ਹੈ ਕਿ ਬਲਵਿੰਦਰ ਸਿੰਘ ਭੁੰਦੜ ਨੇ ਅਕਾਲੀ ਦਲ ਦੀ ਅਬੋਹਰ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਿਹਾ ਸੀ, ਜਦਕਿ ਸਿੱਖ ਜਗਤ ਵਿੱਚ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਬਾਦਸ਼ਾਹ ਦਰਵੇਸ਼ ਨਾਲ ਪੁਕਾਰਿਆ ਜਾਂਦਾ ਹੈ। ਅਬੋਹਰ ਬਾਦਲ ਦਾ ਦੀ ਰੈਲੀ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੰਬੰਧ 'ਚ ਜਿਹੜੇ ਸ਼ਬਦ ਇਸਤੇਮਾਲ ਕੀਤੇ ਹੈ, ਬਾਦਸ਼ਾਹ ਦਰਵੇਸ਼ ਪ੍ਰਕਾਸ਼ ਸਿੰਘ ਬਾਦਲ, ਇਹ ਸ਼ਬਦ ਸਿੱਖ ਪੰਥ ਦਸਮ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤ 'ਚ ਸ਼ਰਧਾ ਦੇ ਸਤਿਕਾਰ ਨਾਲ ਵਰਣਨ ਕਰਦਾ ਹੈ। ਔਰ ਇਹਨਾਂ ਸ਼ਬਦਾਂ ਦਾ ਗਾਇਨ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਪਮਾ 'ਚ ਕੀਤਾ ਜਾਂਦਾ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਅਫਸੋਸ ਹੈ ਭੁੰਦੜ ਕਹਿੰਦਾ ਹੈ ਬਾਦਸ਼ਾਹ ਦਰਵੇਸ਼ ਪ੍ਰਕਾਸ਼ ਸਿੰਘ ਬਾਦਲ। ਇਸ ਤੋਂ ਪਹਿਲਾਂ ਡਾਕੂਮੈਂਟਰੀ ਫਿਲਮ ਬਣਾਈ ਗਈ ਅਕਾਲੀ ਦਲ ਵੱਲੋਂ, ਉਹਦੇ ਵਿੱਚ ਕਿਹਾ ਗਿਆ ਸੰਤ ਸਿਪਾਹੀ ਪ੍ਰਕਾਸ਼ ਸਿੰਘ ਬਾਦਲ। ਪ੍ਰਕਾਸ਼ ਸਿੰਘ ਬਾਦਲ ਨਾ ਸੰਤ ਹੈ ਨਾ ਸਿਪਾਹੀ ਹੈ, ਪ੍ਰਕਾਸ਼ ਸਿੰਘ ਬਾਦਲ ਨਾ ਬਾਦਸ਼ਾਹ ਨਾ ਦਰਵੇਸ਼ ਹੈ। ਯਾਨੀ ਕਿ ਕਿਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹੈ, ਕਿਹੋ ਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ, ਇਉਂ ਮਹਿਸੂਸ ਹੁੰਦਾ ਕਿ ਸਿੱਖਾਂ ਦੀ ਜ਼ਮੀਰ ਨੂੰ ਬਿਲਕੁਲ ਮਾਰਨ ਦੇ ਰਾਹ ਤੁਰੇ ਹੋਏ ਹੈ। ਬਈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਦਸਮ ਪਾਤਸ਼ਾਹ ਦੇ 52 ਕਵੀਆਂ 'ਚੋਂ ਦਸਮ ਪਾਤਸ਼ਾਹ ਦੀ ਉਸਤ ਦੇ ਵਿੱਚ ਇਹ ਸ਼ਬਦ ਉਚਾਰੇ ਗਏ ਹੈ। ਸੋ ਇਹ ਸ਼ਬਦਾਂ ਦਾ ਜਿਹੜਾ ਇਸਤੇਮਾਲ ਹੈ ਉਹ ਪ੍ਰਕਾਸ਼ ਸਿੰਘ ਬਾਦਲ ਵਾਸਤੇ ਉਸਤ ਦੇ ਵਿੱਚ ਕਰਨਾ, ਉਹਨਾਂ ਦੀ ਸਿਫਤ ਵਿੱਚ ਕਰਨਾ, ਇਹ ਅਤ ਨਿੰਦਣਯੋਗ ਹੈ। ਹਰਪਾਲ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਭੁੰਦੜ ਦੇ ਨਾਂ ਨਾਲ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਕੇਸ ਦਰਜ ਕਰਨਾ ਚਾਹੀਦਾ, ਕਿਉਂਕਿ ਪ੍ਰਕਾਸ਼ ਬਾਦਲ ਨੇ ਵੀ ਮਾਮਲੇ 'ਤੇ ਬਲਵਿੰਦਰ ਸਿੰਘ ਭੁੰਦੜ ਨੂੰ ਕੁਝ ਨਹੀਂ ਕਿਹਾ। ਹਰਪਾਲਪੁਰ ਦਾ ਕਹਿਣਾ ਹੈ ਕਿ ਬੇਅਦਬੀ ਮਾਮਲਿਆਂ ਤੋਂ ਕੋਟਕਪੁਰਾ ਅਤੇ ਬਹਿਬਲ ਕਲਾ ਗੋਲੀ ਕਾਂਡ ਕਾਰਨ ਅਕਾਲੀ ਦਲ ਦੀ ਛਵੀ ਖਰਾਬ ਹੋ ਗਈ ਹੈ, ਜਿਸ ਕਾਰਨ ਅਕਾਲੀ ਦਲ ਧਾਰਮਿਕ ਪੱਤਾ ਖੇਡ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਰਤਣਾ ਚਾਹੁੰਦਾ ਹੈ। ਬੇਅਦਬੀ ਲਈ ਦੋਸ਼ੀ ਮੰਨੇ ਜਾਂਦੇ ਆਗੂਆਂ ਨੂੰ ਬਚਾਉਣ ਲਈ ਅਕਾਲੀ ਦਲ ਦੇ ਆਗੂ ਗਲਤ ਸ਼ਬਦਾਵਲੀ ਵਰਤਦੇ ਹਨ, ਜਿਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਕਾਰਨ ਬਲਵਿੰਦਰ ਸਿੰਘ ਭੁੰਦੜ ਅਤੇ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ। ਬਾਦਲ ਦੇ ਖਿਲਾਫ਼ ਕਿਉਂਕਿ ਜਾਣਬੁੱਝ ਕੇ ਕੁਹਾਇਆ ਗਿਆ, ਅਚਨਚੇਤਨੀ ਕਿਹਾ, ਭੁੰਦੜ ਤੋਂ ਜਾਣਬੁੱਝ ਕੇ ਕੁਹਾਇਆ ਗਿਆ ਅਤੇ ਬਾਦਲ ਨੇ ਸੁਣਿਆ, ਕੋਈ ਕੰਡੈਮ ਨਹੀਂ ਕੀਤਾ ਅਤੇ ਭੁੰਦੜ ਕਹਿੰਦੇ ਮਗਰੋਂ ਮਾਫ਼ੀ ਮੰਗ ਲਈ। ਮਾਫ਼ੀ ਤਾਂ ਸੁਖਦੇਵ ਸਿੰਘ ਭੌਰ ਨੇ ਵੀ ਮੰਗ ਲਈ ਸੀ, ਜਦਕਿ ਸੁਖਦੇਵ ਸਿੰਘ ਭੌਰ ਨੇ ਕੋਈ ਵੀ ਸਿੱਖ ਸਿਧਾਂਤਾਂ ਤੋਂ ਊਣਾ ਸ਼ਬਦ ਨਹੀਂ ਸੀ ਕਿਹਾ, ਸਿਧਾਂਤਾਂ ਨੂੰ ਜਿਹੜੇ ਸਿਧਾਂਤਾਂ ਦੇ ਪੂਰਕ ਸ਼ਬਦ ਉਹ ਵਰਤੇ ਸੀ। ਕੇਵਲ ਇੱਕ ਸ਼ਬਦ ਉਹ ਰਾਮਾਨੰਦ ਬਾਰੇ ਕਹਿਤਾ ਵੀ ਉਹਨੂੰ ਕੰਜਰ ਸ਼ਬਦ ਵਰਤਿਆ, ਵਿਗਾੜੀ ਮੋਰਚੇ ਮੈਂ ਨਾਲ ਸੀ ਅਤੇ ਉਹਨੇ ਮਾਫ਼ੀ ਮੰਗ ਲਈ, ਪਰ ਉਹਦੇ ਖਿਲਾਫ਼ ਪਰਚਾ ਦਰਜ ਅਤੇ ਭੁੰਦੜ ਦੇ ਖਿਲਾਫ਼ ਪਰਚਾ ਦਰਜ ਕਿਉਂ ਨਹੀਂ? ਸੋ ਜੇਕਰ ਭੁੰਦੜ ਦੇ ਖਿਲਾਫ਼ ਪਰਚਾ ਦਰਜ ਨਹੀਂ ਹੋਏਗਾ ਤਾਂ ਇਹ ਸਮਝਿਆ ਜਾਏਗਾ ਵੀ ਇੱਥੇ ਜਿਹੜੇ ਆ ਮਾਪਦੰਡ ਉਹ ਦੁਰ ਹੈ, ਪੰਥਕ ਲੋਕਾਂ ਵਾਸਤੇ ਵੱਖਰਾ ਹੈ। ਜੇ ਜਿਹੜੇ ਪੰਥ ਦੇ ਹਿੱਤਾਂ ਦਾ ਘਾਣ, ਪੰਥ ਮਰਿਆਦਾ ਦਾ ਘਾਣ, ਪੰਥ ਸਿਧਾਂਤਾਂ ਦਾ ਘਾਣ ਕਰਨ ਦੇ ਤੁਲੇ ਹੋਏ ਆ, ਉਹਨਾਂ ਨੂੰ ਜਿਹੜੀ ਰਹਿਤ ਹੈ ਕੈਪਟਨ ਦੀ ਸਰਕਾਰ ਵੀ ਦੇ ਰਹੀ ਹੈ ਔਰ ਭਾਜਪਾ ਦੀ ਕੇਂਦਰ ਸਰਕਾਰ ਵੀ ਦਿੰਦੀ ਹੈ। ਸੋ ਇਸ ਲਈ ਭੁੰਦੜ ਦੇ ਖਿਲਾਫ਼ ਜਿਹੜਾ ਹੈ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਜਿਹੜੀ ਧਾਰਾ ਲੱਗਦੀ ਹੈ ਉਹ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ। ਅਦਰਵਾਈਜ਼ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਭੜਕਣਗੀਆਂ, ਕਿਉਂਕਿ ਸੌਦੇ ਸਾਧ ਨੇ ਦਸਮ ਪਾਤਸ਼ਾਹ ਦਾ ਬਾਣਾ ਪਾ ਕੇ ਬਰਾਬਰੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣਾ ਪਾ ਕੇ
ਤੇ ਇੱਥੇ ਦਸਮ ਪਾਤਸ਼ਾਹ ਦੇ ਵਾਸਤੇ ਵਰਤੇ ਜਾਂਦੇ ਸ਼ਬਦਾਂ ਦਾ ਇਸਤੇਮਾਲ ਬਾਦਲ ਵਾਸਤੇ ਕਰਕੇ ਬਾਦਸ਼ਾਹ ਦਰਵੇਸ਼ ਪ੍ਰਕਾਸ਼ ਸਿੰਘ ਬਾਦਲ, ਇਹ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਰਾਬਰੀ ਕੀਤੀ ਗਈ ਹੈ। ਇਹੀ ਝਗੜਾ ਨਿਰੰਕਾਰੀਆਂ ਨਾਲ ਸੀ, ਇਹੀ ਝਗੜਾ ਸੱਚੇ ਸੌਦੇ ਵਾਲੇ ਸਾਧ ਨਾਲ ਹੈ। ਸੋ ਇਸ ਵਾਸਤੇ ਪਰਚਾ ਦਰਜ ਤੁਰੰਤ ਹੋਣਾ ਚਾਹੀਦਾ ਵੀ ਇਹ ਜਿਹੜੀ ਹੈ ਮੇਰੀ ਜਿਹੜੀ ਪ੍ਰਸ਼ਾਸਨ ਤੋਂ ਇਹ ਡਿਮਾਂਡ। ਭੁੰਦਰ ਦੀ ਇਸ ਹਰਕਤ ਤੋਂ ਬਾਅਦ ਮਾਮਲਾ ਹੋਰ ਵੀ ਧੂਲ ਫੜਦਾ ਜਾ ਰਿਹਾ। ਇਹਦਾ ਅਸਰ ਪਟਿਆਲਾ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਯੂਨਾਈਟਿਡ ਸਿੱਖ ਪਾਰਟੀ ਨੇ SSP ਪਟਿਆਲਾ ਨੂੰ ਇੱਕ ਮੰਗ ਪੱਤਰ ਦਿੱਤਾ। ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਭੁੰਦੜ ਵਿਰੁੱਧ ਧਾਰਮਿਕ ਭਾਵਨਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਉਧਰ ਭੁੰਦੜ ਨੇ ਆਪਣੀ ਗਲਤੀ ਨੂੰ ਮੰਨਦੇ ਹੋਏ ਵੀਡੀਓ ਵਿੱਚ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ਤੇ ਆਪਣੀ ਗਲਤੀ ਦੇ ਅਹਿਸਾਸ ਹੋਣ ਦਾ ਪ੍ਰਗਟਾਵਾ ਇੰਜ ਕੀਤਾ। ਕੱਲ ਕਿਤੇ ਰੈਲੀ ਤੇ ਬੋਲਦੇ ਤੋਂ ਸਟੇਜ ਤੇ ਬੈਠੋ ਲਫਜ਼ ਦਰਵੇਸ਼ ਨਿਕਲ ਗਿਆ, ਬਾਦ ਸਾਹਿਬ ਦੇ ਵਾਸਤੇ ਜਿਹੜਾ ਕਿ ਧਾਰਮਿਕ ਭਾਵਨਾ ਨਾਲ ਜੁੜਦਾ ਹੈ, ਅਣਜਾਣੇ 'ਚ ਕਿਤੇ ਬੈਠੋ ਲਫਜ਼ ਲੰਘਿਆ ਜਿਸ ਦਾ ਮੈਨੂੰ ਚਿਤ ਚੇਤਾ ਵੀ ਨਹੀਂ ਸੀ। ਸਾਰੀ ਸਤਿਕਾਰਯੋਗ ਸਨਮ ਸੰਗਤ ਤੋਂ, ਜੋ ਗੁਰੂ ਪਿਆਰੀ ਸੰਗਤ ਹੈ ਗੁਰੂ ਨਾਨਕ ਨਾਮ ਦੇ ਨਾਲ, ਮੈਂ ਉਸ ਤੋਂ ਹੱਥ ਜੋੜ ਕੇ ਸੰਗਤ ਤੋਂ ਅਤੇ ਆਪਣੇ ਗੁਰੂ ਤੋਂ ਮੁਆਫ਼ੀ ਚਾਹੁੰਦਾ ਕਿ ਲੁਧਿਆਣੇ ਦੇ ਵਿੱਚ ਕਈ ਦਫ਼ਾ ਇਨਸਾਨ ਤੋਂ ਮੂੰਹ 'ਚੋਂ ਲਫ਼ਜ਼ ਨਿਕਲ ਜਾਂਦੇ ਨੇ। ਕੋਈ ਇਨਸਾਨ ਹੈ ਨਹੀਂ ਜਿਸ ਤੋਂ ਗਲਤੀ ਜਾਂ ਭੁੱਲੀ ਹੁੰਦੀ, ਇੱਕ ਕੇਵਲ ਅਤੇ ਕੇਵਲ ਗੁਰੂ ਮਹਾਰਾਜ ਪਰਮਾਤਮਾ ਜਿਹੜਾ ਭੁੱਲ ਹੈ। ਇਸ ਕਰਕੇ ਮੈਂ ਗੁਰੂ ਮਹਾਰਾਜ ਪਾਸੋਂ ਵੀ ਅਤੇ ਗੁਰੂ ਦੀ ਸੰਗਤ ਪਾਸੋਂ ਉਸ ਲਫ਼ਜ਼ ਦੀ ਖਿਮਾ ਚਾਹੁੰਦਾ, ਇੱਕ ਵਾਰ ਨਹੀਂ ਵਾਰ ਵਾਰ ਖਿਮਾ ਚਾਹੁੰਦਾ। ਕਦੇ ਨਾ ਮੈਂ ਇਹ ਸੋਚਿਆ ਨਾ ਸੋਚਾਂਗਾ ਨਾ ਕਦੇ ਸੋਚ ਸਕਦਾ। ਜੋ ਇਨਸਾਨ ਸਮਝਦਾ ਕਿ ਸਾਨੂੰ ਹਮੇਸ਼ਾ ਗੁਰੂ ਦਾ ਆਸਰਾ ਉਹਦਾ ਆਸਰਾ ਲੈ ਕੇ ਤੁਰਦਾ, ਉਹ ਕਦੇ ਗੁਰੂ ਦੇ ਸਤਿਕਾਰ 'ਚ ਕੋਈ ਲਾਭ ਵਰਤ ਸਕਦਾ ਜਿਹੜਾ ਠੀਕ ਨਾ ਹੋਵੇ। ਇਸ ਕਰਕੇ ਮੇਰੇ ਨਿਆਣੇ ਦੀ ਗਲਤੀ ਹੋਈ ਹੈ, ਮੈਨੂੰ ਅੱਜ ਪਤਾ ਲੱਗਿਆ ਸੋਸ਼ਲ ਮੀਡੀਆ 'ਤੇ, ਮੈਂ ਉਸਦੀ ਅਖਬਾਰ 'ਚ ਵੀ ਲਿਖਤੀ ਔਰ ਸੋਸ਼ਲ ਮੀਡੀਆ 'ਤੇ ਵੀ ਗੁਰੂ ਪਿਆਰੀ ਸੰਗਤ ਤੋਂ ਅਤੇ ਆਪਣੇ ਗੁਰੂ ਮਹਾਰਾਜ ਤੋਂ ਮੁਆਫੀ ਚਾਹੁੰਦਾ। ਸੰਗਤ ਬਖਸ਼ਣਯੋਗ ਹੈ, ਗੁਰੂ ਬਖਸ਼ਣਯੋਗ ਹੈ। ਖਾਲਸਾ ਵਾਹਿਗੁਰੂ। ਚੰਡੀਗੜ੍ਹ ਅਤੇ ਪਟਿਆਲਾ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।